ਪੁਲਵਾਮਾ ਹਮਲੇ 'ਚ ਕਈ ਸਾਰੇ ਜਵਾਨ ਜਿਹੜੇ ਨੇ ਸ਼ਹੀਦ ਹੋਏ ਨੇ ਔਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਇਹ ਕਹਿ ਰਹੇ ਨੇ ਕਿ ਹੱਲੇ ਵੀ ਗੱਲਬਾਤ ਕਰਨੀ ਚਾਹੀਦੀ ਹੈ ਗੱਲਬਾਤ ਇੱਕ ਜ਼ਰੀਆ ਵੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਅੱਤਵਾਦ ਦਾ ਧਰਮ ਨਹੀਂ ਹੁੰਦਾ ਕਿਸੇ ਵੀ ਅੱਤਵਾਦ ਦੀ ਜਾਤ ਨਹੀਂ ਹੁੰਦੀ ਕਿਸੇ ਵੀ ਅੱਤਵਾਦ ਦਾ ਦੇਸ਼ ਨਹੀਂ ਹੁੰਦਾ ਮਨਜਿੰਦਰ ਸਿੰਘ ਬਿੱਟਾ ਮੇਰੇ ਨਾਲ ਨੇ ਬਿੱਟਾ ਸਾਹਿਬ ਕਿਵੇਂ ਦੇਖਦੇ ਹੋ ਜਦੋਂ ਇਸ ਤਰੀਕੇ ਦੇ ਬਿਆਨ ਕੈਬਨਿਟ ਮੰਤਰੀ ਵੱਲੋਂ ਨਿਕਲ ਕੇ ਸਾਹਮਣੇ ਆਉਂਦੇ ਨੇ ਮੇਰਾ ਕੋਈ ਵਕਤ ਸੀ ਮੈਂ ਨਵਜੋਤ ਸਿੰਘ ਸਿੱਧੂ ਜੀ ਦੀ ਬਹੁਤ ਇੱਜ਼ਤ ਕਰਦਾ ਸੀ ਮੰਚ ਬੜਾ ਸਤਿਕਾਰਯੋਗ ਸੀ ਚਾਹੇ ਭਾਜਪੀ ਵੱਲੋਂ ਇਲੈਕਸ਼ਨ ਅਮਰਥੌਰੋ ਲੜੀ ਹੋਏਗੀ ਪਰ ਨਵਜੋਤ ਸਿੰਘ ਸਿੱਧੂ ਜੀ ਨੇ ਇੱਕੋ ਗੱਲ ਕਹਿਣੀ ਚਾਹੁੰਨਾ ਬੜੇ ਤੁਸੀਂ ਫਿਲਾਸਫਰ ਵੀ ਹੋ ਬੜੇ ਤੁਸੀਂ ਸ਼ੇਰੋ ਸ਼ਾਰੀ ਵੀ ਕਰਦੇ ਹੋ ਤੁਹਾਡੀ ਸ਼ੇਰੋ ਸ਼ਾਰੀ ਤੋਂ ਐਂ ਲੱਗਦਾ ਤੁਸੀਂ ਪਤਾ ਨਹੀਂ ਕਿੰਨੀਆਂ ਕਿਤੇ ਇਤਿਹਾਸ ਦੀਆਂ ਗੂੜੀਆਂ ਕਿਤਾਬਾਂ ਪੜ੍ਹੀਆਂ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਨਾ ਪ੍ਰਥਮ ਰਾਸ਼ਟਰ ਦੇਸ਼ ਪਹਿਲਾਂ ਸਾਡਾ ਤੁਸੀਂ ਪਾਕਿਸਤਾਨ ਗਏ ਤੁਸੀਂ ਉਸ ਫੌਜ ਦੇ ਜਰਨੈਲ ਦੇ ਨਾਲ ਪਾਕਿਸਤਾਨ ਦੇ ਨਾਲ ਜਫੀਆਂ ਪਾਲੀਆਂ ਜਿਹੜਾ ਸਾਡੇ ਰੋਜ਼ ਜ਼ਮਾਨਾ ਤੇ ਹਮਲੇ ਕਰਦਾ ਹੈ ਅੱਜ ਵੀ ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਨੇ ਇਹਦੇ ਪਿੱਛੇ ਬਾਜਵਾ ਹੀ ਹੈ ਅਸੀਂ ਸਾਰੇ ਫਿਰ ਵੀ ਚੁੱਪ ਰਹੇ ਵਕਤ ਕੱਟਿਆ ਪਰ ਅੱਜ ਵੀ ਤੁਹਾਡੀ ਸੋਚ ਉੱਥੇ ਹੀ ਖੜੀ ਹੈ ਸਾਡੇ ਜਵਾਨ ਇਹਨੇ ਸ਼ਹੀਦ ਹੋ ਗਏ ਉਹ ਤੁਸੀਂ ਕਹਿੰਦੇ ਗੱਲਬਾਤ ਕਰਨੀ ਚਾਹੀਦੀ ਹੈ ਇਹਨਾਂ ਦੀ ਐਸੀ ਤੀ ਤੈਸੀ ਪਾਕਿਸਤਾਨ ਵਾਲਿਆਂ ਦੀ ਸਿੱਧੂ ਸਾਹਿਬ ਯਾਦ ਰੱਖੋ ਜਿਨਾਂ ਦੇ ਮਾਵਾ ਦੇ ਪੁੱਤ ਚਲੇ ਜਾਂਦੇ ਨੇ ਜਿਨ੍ਹਾਂ ਦੇ ਭੈਣਾਂ ਦੇ ਸੁਹਾਗ ਉੱਜੜ ਜਾਂਦੇ ਨੇ ਜਿਨ੍ਹਾਂ ਦੇ ਬੱਚੇ ਯਤੀਮ ਹੋ ਜਾਂਦੇ ਨੇ ਸਿੱਧੂ ਸਾਹਿਬ एयर कंडीशन ਕਮਰਿਆਂ ਦੇ ਵਿੱਚ ਬਹਿ ਕੇ ਬੜੀਆਂ بڑے ਟੈਲੀਵਿਜ਼ਨਾਂ ਦੇ ਆ ਕੇ بڑے بڑے ਹੀਰੋਆਂ ਦੇ ਨਾਲ ਆ ਕੇ ਜਾਂ ਤੁਸੀਂ بڑے ਹੀਰੋ ਬਣ ਕੇ ਤੁਸੀਂ ਹੰਕਾਰ ਚ ਕੁਝ ਵੀ ਕਹਿ ਸਕਦੇ ਹੋ ਯਾਦ ਰੱਖੋ ਉਹਨਾਂ ਸ਼ਹੀਦ ਪਰਿਵਾਰਾਂ ਦੇ ਘਰਾਂ ਦੇ ਵਿੱਚ ਹੋ ਕੇ ਆਓ ਜਿਨ੍ਹਾਂ ਦੇ ਭੈਣਾਂ ਦੇ ਸੁਹਾਗ ਉੱਜੜ ਗਏ ਜਿਨ੍ਹਾਂ ਦੇ ਬੱਚੇ ਯਤੀਮ ਹੋ ਗਏ ਜਿਨ੍ਹਾਂ ਦੇ ਮਾਪੇ ਦਾ ਕੱਲਾ ਕੱਲਾ ਪੁੱਤਰ ਚਲਾ ਗਿਆ ਉਹਨਾਂ ਦੇ ਹੋ ਕੇ ਤਾਂ ਆਓ ਮਨਿਸਟਰ ਨੇ ਕਹਤਾ ਸਭ ਕੁਝ ਕਹਤਾ ਕੀ ਕਹਤਾ ਮਨਿਸਟਰ ਨੇ ਇਹ ਕਹਿੰਦਾ ਹੱਕ ਹੈ ਉਹਨਾਂ ਨੂੰ ਮੈਂ ਅਜੇ ਤੱਕ ਨਹੀਂ ਬੋਲਿਆ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਨਾ ਪ੍ਰਥਮ ਰਾਸ਼ਟਰ ਸਿੱਧੂ ਸਾਹਿਬ ਪ੍ਰਥਮ ਰਾਸ਼ਟਰ ਦੇਸ਼ ਪਹਿਲੇ ਰਾਜਨੀਤੀ ਬਾਦ ਦੇ ਵਿੱਚ ਇਮਰਾਨ ਖਾਨ ਤੁਹਾਡਾ ਦੋਸਤ ਬਾਅਦ ਚ ਬਾਜਵਾ ਬਾਅਦ ਚ ਕੌਣ ਬਾਜਵਾ ਕੌਣ ਇਮਰਾਨ ਖਾਨ ਪ੍ਰਥਮ ਰਾਸ਼ਟਰ ਸਾਡਾ ਕੋਈ ਦੋਸਤ ਕਿਤੇ ਹੋਵੇ ਉਹ ਸਾਡੇ ਦੇਸ਼ ਦਾ ਦੁਸ਼ਮਣ ਹੋਵੇ ਤੇ ਤੁਹਾਡੀ ਹੋਣੀ ਕਰੀ ਦੋਸਤੀ ਹੈ ਸਾਡਾ ਸਭ ਭਾਰਤ ਮਾਂ ਪਹਿਲਾ ਦੇਸ਼ ਪਹਿਲਾ ਵਤਨ ਸਾਡਾ ਪਹਿਲਾ ਉਸ ਤੋਂ ਬਾਅਦ ਸਾਡੇ ਰਿਸ਼ਤੇਦਾਰ ਭੈਣ ਭਰਾ ਵੀ ਬਾਅਦ ਚ ਆਉਂਦੇ ਨੇ ਪਹਿਲੇ ਦੀ ਸਾਡਾ ਦੇਸ਼ ਸਿੱਧੂ ਦੇ ਬਿਆਨ ਦੇ ਇਹ ਮayne ਕੀ ਸਮਝੇ ਜਾਣ ਕਿਉਂ ਇਸ ਤਰੀਕੇ ਦਾ ਬਿਆਨ ਉਸ ਵੇਲੇ ਆਇਆ ਜਦੋਂ ਪੂਰਾ ਦੇਸ਼ ਗੁੱਸੇ ਦੇ ਵਿੱਚ ਆ ਪੂਰਾ ਦੇਸ਼ ਚਾਹੁੰਦਾ ਹੈ ਕਿ ਬਦਲਾ ਲਿੱਤਾ ਜਾਵੇ ਬਦਲਾ ਆਪਣੇ ਸ਼ਹੀਦਾਂ ਦਾ ਲਿੱਤਾ ਜਾਵੇ ਉਹੀ ਹਮਲੇ ਤੋਂ ਬਾਅਦ ਇਹ ਸਭ ਤੋਂ ਵੱਡਾ ਹਮਲਾ ਜਿਹੜਾ ਮੈਂ ਸਮਝਦਾ ਮੈਨੂੰ ਇਹਦਾ ਜ਼ਿਕਰ ਕਰਨ ਦਾ ਸਿੱਧੂ ਸਾਹਿਬ ਦਾ ਕੋਈ ਜ਼ਰੂਰਤ ਨਹੀਂ ਹੋਣ ਜਿਹੜਾ ਜਿਹੜਾ ਇਨਸਾਨ ਇਹ ਸ਼ਹੀਦਾਂ ਦੇ ਉੱਤੇ ਵੀ ਆਪਣੀ ਸ਼ਰਮੀ ਲਾ ਦੇਵੇ ਸਾਡੇ ਨਾਲ ਦੇਖੋ ਸਾਡੇ ਨਾਲ ਮੁਲਕ ਸਾਡੇ ਨਾਲ ਕੀ ਹੋਇਆ ਸਾਡੇ ਸਰੀਰਾਂ ਦੇ ਹਿੱਸੇ ਗਏ ਨੇ ਸਾਡੇ ਨਾਲ ਜਵਾਨ ਕਿੰਨੇ ਸ਼ਹੀਦ ਹੋਏ ਨੇ ਇੰਧਾ ਜਵਾਨ ਅਮਰਸਰ ਚ ਸ਼ਹੀਦ ਹੋਏ ਸੀ ਇਹਦਾ ਜ਼ਿਕਰ ਕਰਨ ਦੀ ਹੁਣ ਲੋੜ ਨਹੀਂ ਬਹੁਤ ਹੋ ਗਿਆ ਇਹਨੇ ਹੱਦਾਂ ਟੱਪ ਗਏ ਹੱਦਾਂ ਟੱਪ ਗਏ ਅਸੀਂ ਪਾਕਿਸਤਾਨ ਕੇ ਅਸੀਂ ਤਾਂ ਵੀ ਚੁੱਪ ਰਹੇ ਅਸੀਂ ਜ਼ਮੀਰ ਨੂੰ ਮਾਰ ਲਿਆ ਪਹਿਲੀ ਵਾਰੀ ਜ਼ਮੀਰ ਨੂੰ ਮਾਰਿਆ ਮੈਂ ਬਿਲਕੁਲ ਨਹੀਂ ਬੋਲਿਆ ਪਰ ਤੁਸੀਂ ਹੱਦਾਂ ਹੀ ਪਾਰ ਕਰੀ ਜਾਂਦੇ ਹੋ ਮਨਿਸਟਰ ਹੋ ਤੇ ਤੁਸੀਂ ਖੁਦ ਆਓ ਰੋਜ਼ ਟੀਵੀ ਜਨਾਂ ਤੇ ਸਾਡੇ ਤੇ ਪਰਮਾਤਮਾ ਬਣ ਕੇ ਤੁਸੀਂ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਘਰਾਂ ਵਿੱਚ ਜਾਓ ਰੇਲਵੇ ਦਾ ਹੱਥ ਆ ਹਜੇ ਸਾਡੇ ਕੋਲੋਂ ਲੱਥਾ ਨਹੀਂ 120 ਬੇਗੁਨਾ ਲੋਕ ਭੇਡਾਂ ਬੱਕਰੀਆਂ ਵਾਂਗੂ ਲੈਣਾ ਤੋਂ ਕਸੀਟ ਕੇ ਲੈ ਗਏ ਕੋਈ ਇਨਕੁਆਰੀ ਨਹੀਂ ਚੁੱਪ ਅਸੀਂ ਸਾਰੇ ਚੁੱਪਾ ਸੀ ਬੋਲਦੇ ਹੀ ਨਹੀਂ ਕਿਸੇ ਗੱਲ ਤੋਂ ਕਾਨੂੰ ਆਪਾਂ ਪੋਲਿਟੀਕਲ ਕੰਟਰੋਵਰਸੀਆਂ ਆਪਾਂ ਜਿੱਥੇ ਮੁਲਕ ਦਾ ਸਵਾਲ ਹੈ ਨਵਜੋਤ ਸਿੰਘ ਸਿੱਧੂ ਸਾਹਿਬ ਜਿੱਥੇ ਮੁਲਕ ਦਾ ਸਵਾਲ ਹੈ ਉੱਥੇ ਲੜਿਆ ਉੱਥੇ ਬਾਰ ਬਾਰ ਲੜਾਂਗੇ ਪਰ ਮੁਲਕ ਦੇ ਨਾਲ ਗਦਾਰੀ ਕਦੀ ਬਰਦਾਸ਼ਤ ਨਹੀਂ ਕਰਾਂਗੇ ਹੂਣ ਕਿਉਂਕਿ ਪੂਰਾ ਦੇਸ਼ ਗੁੱਸੇ ਦੇ ਵਿੱਚ ਹੈ ਕਿਹੋ ਜੇ ਕੇਂਦਰ ਸਰਕਾਰ ਨੂੰ ਕਦਮ ਚੱਕਣੇ ਚਾਹੀਦੇ ਨੇ ਕਿ ਉਰੀ ਹਮਲੇ ਤੋਂ ਬਾਅਦ ਜਿਸ ਤਰੀਕੇ ਨਾਲ ਸਰਜਿਕਲ ਸਟ੍ਰਾਈਕ ਹੋਈ ਸੀ ਉਸ ਤਰੀਕੇ ਦੀ ਸਰਜਿਕਲ ਸਟ੍ਰਾਈਕ ਦੀ ਜ਼ਰੂਰਤ ਹੈ ਕਿਉਂਕਿ ਪਾਕਿਸਤਾਨ ਜਿਹੜਾ ਵੈ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ ਲਗਾਤਾਰ ਇਸ ਤਰੀਕੇ ਦੀਆਂ ਹਰਕਤਾਂ ਕਰਦਾ ਹੈ ਦੇਖੋ ਮੈਂ ਇਕ ਬਿਲਕੁਲ ਸਪਸ਼ਟ ਹੈ ਬਾਰ-ਬਾਰ ਪਾਕਿਸਤਾਨ ਆਈਐਸਾ ਜਿਹਾ ਸਜਦਾ ਸੀ ਗੱਲ ਕਰਕੇ ਅਸੀਂ ਜਿਹੜੇ ਸਹੀ ਮੁੱਦੇ ਨੇ ਉਹਨਾਂ ਤੋਂ ਪਟਕ ਜਾਂਦੇ ਆ ਪਾਕਿਸਤਾਨ ਜ਼ਿੰਮੇਦਾਰ ਹੈ ਆਈਐਸਆਈ ਜ਼ਿੰਮੇਦਾਰ ਹੈ ਉਹਨਾਂ ਨੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਣਾ ਉਹਦਾ ਜਵਾਬ ਸਾਡੀ ਫੋਰਸਿਸ ਉੱਥੇ ਦੇਣ ਜਾ ਰਹੀ ਹੈ ਔਰ ਰੋਜ਼ ਜਵਾਬ ਦਿੰਦੀ ਗੋਲੀ ਦਾ ਜਵਾਬ ਗੋਲੀ ਚੱਲਦਾ ਪਰ ਅੱਜ ਮੁੱਦਾ ਹੈ ਸਾਡੇ 45 ਜਵਾਨਾਂ ਦੇ ਸ਼ਹੀਦ ਹੋਣ ਨਾਲ 1500 ਗੱਡੀਆਂ ਦਾ ਕਾਫਲਾ ਆ ਰਿਹਾ ਹੈ ਸੁਰੱਖਿਆ ਵਿਵਸਥਾ ਕਿੱਥੇ ਸੀ ਵੱਡੇ ਵੱਡੇ ਲੀਡਰਾਂ ਨਾਲ ਤਾਂ ਤੁਹਾਡੀ ਸੁਰੱਖਿਆ ਫਰਸਟ ਕਲਾਸ ਜੈਡ ਪਲੱਸ ਮੈਂ ਵੀ ਹੋਰੇ ਚਾਉਣਾ ਇੱਕ ਚਿੜੀ ਨਹੀਂ ਪਰ ਮਾਰ ਸਕਦੀ ਇੱਕ ਆਵਾਜ਼ ਨਹੀਂ ਕਿਤੋਂ ਆ ਸਕਦੀ ਪਰ ਸਾਡੇ ਜਵਾਨ ਭੇਡਾਂ ਬੱਕਰੀਆਂ ਨੇ ਸਾਡੇ ਜਵਾਨ ਭੇਡਾਂ ਬੱਕਰੀਆਂ ਨੇ ਇਹਨਾਂ ਨੂੰ ਛੁੱਟੀਆਂ ਤੋਂ ਆਉਣ ਇਹਨਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰ ਲੋ ਔਰ ਇਹਨਾਂ ਨੂੰ ਗੱਡੀਆਂ ਦੇ ਵਿੱਚ ਤੋਰ ਦਿਓ ਪਤਾ ਨਹੀਂ ਰਸਤਾ ਕਿੰਨਾ ਖਤਰਨਾਕ ਹੈ ਕਿਉਂ ਪਾਇਲਟ ਅਸਕੌਟ ਨਹੀਂ ਲੱਗੀ ਕਿਉਂ ਰਸਤੇ ਦੇ ਵਿੱਚ ਗੱਡੀਆਂ ਚੱਕ ਨਹੀਂ ਕੀਤੀਆਂ ਕਿਉਂ ਰਸਤੇ ਦੇ ਵਿੱਚ ਗੱਡੀ ਖੜੀ ਸੀ ਕਿਉਂ ਉਹਨੂੰ ਚੱਕ ਨਹੀਂ ਕੀਤਾ ਸਾਡੇ ਲੋਕਾਂ ਦੀ ਤਾਂ ਪੂਰੀ ਸੁਰੱਖਿਆ ਹੈ ਪਰ ਜਿਹੜੇ ਭਾਰਤ ਮਾਤਾ ਦੀ ਸੀਮਾਵਾਂ ਦੀ ਰੱਖਿਆ ਕਰਦੇ ਨੇ ਇਸ ਦੇਸ਼ ਦੀ ਆਜ਼ਾਦੀ ਦੀ ਰੱਖਿਆ ਕਰਦੇ ਨੇ ਸਾਡੇ ਪਬਲਿਕ ਦੇ ਆਮ ਨਾਗਰਿਕਾਂ ਦੀ ਰੱਖਿਆ ਕਰਦੇ ਨੇ ਉਹ ਜਵਾਨਾਂ ਦੀ ਕੋਈ ਸੁਰੱਖਿਆ ਨਹੀਂ ਇਹ ਜਿਹੜੀਆਂ ਬੰਦੂਕਾਂ ਨੇ ਇਹ ਬੰਦੂਕਾਂ ਜੜੀਆਂ ਨੇ ਇਹ ਬੰਬਤ ਨਹੀਂ ਮੈਂ ਆਪਣੇ ਬੰਬਲਾਸਟਾਂ ਦੇ ਵਿੱਚ ਬੰਦੂਕਾਂ ਐਲ ਐਮ ਜੀ ਆਪਣੀ ਅੱਖਾਂ ਸਾਹਮਣੇ ਉੜਦੀਆਂ ਹੋਈਆਂ ਦੇਖੀਆਂ ਨੇ ਬੰਦੂਕਾਂ ਲੈ ਕੇ ਲੰਮਾ ਕਾਫਲਾ ਲੈ ਕੇ ਚੱਲ ਪੈਣਾ ਤੇ ਇਹ ਧਿਆਨ ਨਾ ਦੇਣਾ ਰਸਤੇ ਵਿੱਚ ਕੋਈ ਬੰਬ ਲਾ ਸਕਦਾ ਜਿਤਨਾ ਮੇਰੇ ਤੇ ਚੱਲੇ ਕਾਰ ਬੰਬ ਚੱਲੇ ਫਿਰ ਉਸ ਤੋਂ ਬਾਅਦ ਗੋਲੀਆਂ ਚੱਲੀਆਂ ਇਹ ਮੇਰੇ ਵਾਲਾ ਸੇਮ ਹਾਥਾ ਹੋਇਆ ਅਸੀਂ ਕਿਹੜਾ ਸਬਕ ਸਿੱਖਿਆ ਪਾਕਿਸਤਾਨ ਨੂੰ ਬਾਅਦ 'ਚ ਦੇਖ ਲਵਾਂਗੇ ਪਹਿਲੇ ਦੇਸ਼ ਦੀ ਅੰਦਰਲੀ ਸੁਰੱਖਿਆ ਨੂੰ ਦੇਖੀਏ ਕਿ 45 ਜਵਾਨ ਸਾਡੀਆਂ ਗਲਤੀਆਂ ਦੇ ਨਾਲ ਸਾਡੀ ਸੁਰੱਖਿਆ ਵਿਵਸਥਾ ਦੀ ਗਲਤੀਆਂ ਨਾਲ ਸਾਡੇ ਜਵਾਨ ਸ਼ਹੀਦ ਹੋਏ ਜਵਾਨ ਸਾਡੀ ਹਿਫਾਜ਼ਤ ਕਰਨ ਤੇ ਜਵਾਨਾਂ ਦੀ ਹਿਫਾਜ਼ਤ ਕਰਨ ਵਾਲਾ ਕੋਈ ਨਹੀਂ ਔਰ ਭੇਡਾਂ ਬੱਕਰੀਆਂ ਵਾਂਗੂ ਇੱਕ ਜਗ੍ਹਾ ਤੇ ਇਕੱਠਾ ਕਰ ਲਓ ਕਦਮ ਕਦਮ ਹੁਣ ਕਿਹੋ ਜੇ ਚੱਕਨੇ ਚਾਹੀਦੇ ਨਹੀਂ ਕਿਉਂਕਿ ਸਰਜਿਕਲ ਸਟ੍ਰਾਈਕ ਹੋ ਚੁੱਕੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਸਖਤ ਕਦਮ ਚੱਕੇ ਜਾਣਗੇ ਜਵਾਬ ਦਿੱਤਾ ਜਾਏਗਾ ਫੌਜ ਨੂੰ ਕਹਿ ਦਿੱਤਾ ਵਾ ਕਿ ਤੁਹਾਨੂੰ ਪੂਰੀ ਆਜ਼ਾਦੀ ਹੈ ਤੁਸੀਂ ਜੋ ਐਕਸ਼ਨ ਲੈਣਾ ਹੈ ਤੁਸੀਂ ਉਹ ਐਕਸ਼ਨ ਲਵੋ ਆਜ਼ਾਦੀ ਪਹਿਲਾਂ ਵੀ ਸੀ ਨਰਿੰਦਰ ਮੋਦੀ ਜੀ ਦੀ ਬਿਲਕੁਲ ਅਗਰ ਕਹਾ ਫੋਰਸ ਨੂੰ ਲੜਾਈ ਲੜਨ ਦੇ ਵਿੱਚ ਆਜ਼ਾਦੀ ਸੀ ਇਹਦੇ ਵਿੱਚ ਕੋਈ ਕਮੀ ਨਹੀਂ ਸੀ ਸਮਾਂ ਕਿੰਨਾ ਕੁ ਰਹਿ ਗਿਆ ਇਲੈਕਸ਼ਨ ਆਉਣ ਵਾਲੀ ਹੈ 15 ਦਿਨ ਬਾਅਦ ਇਲੈਕਸ਼ਨ ਦੇ ਡਿਕਲੇਅਰ ਹੋ ਜਣਾ ਤਰੀਕ ਕਿਹੜੀ ਹੈ ਕਿਸੇ ਸਰਕਾਰ ਕੋਲ ਉਹ ਪਾਵਰ ਨਹੀਂ ਰਹਿਣੀ ਔਰ ਮੈਂ ਤੈਨੂੰ ਦੱਸ ਦਿਆਂ ਇਹ ਬੜਾ ਵੱਡਾ ਸਿਗਨਲ ਹੈ ਇਲੈਕਸ਼ਨਾਂ ਦੇ ਦੌਰਾਨ ਬਹੁਤ ਵੱਡੇ ਹਾਦਸੇ ਹੋਣਗੇ ਇਹ ਬਹੁਤ ਵੱਡੇ ਹਾਦਸੇ ਹੋਣਗੇ ਔਰ ਉਹਨਾਂ ਹਾਸਿਆਂ ਤੋਂ ਬਚਣ ਲਈ ਸਾਨੂੰ ਹੁਣ ਤੋਂ ਅਗਲੀ ਨੀਤੀ ਨੂੰ ਅਪਣਾਉਣ ਦੀ ਲੋੜ ਹੈ ਸਰਜਿਕਲ ਆਪਰੇਸ਼ਨ ਜੋ ਕਰਨਾ ਕਰਨ ਪਰ ਅੱਗੇ ਹਾਦਸੇ ਨਾ ਹੋਣ ਇਲੈਕਸ਼ਨ ਦੇ ਦੌਰਾਨ ਪੋਲਿਟিক্যাল ਪਾਰਟੀਆਂ ਦੇ ਲੀਡਰ ਹੁਣ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਓਪਨ ਗੱਡੀਆਂ ਦੇ ਵਿੱਚ ਘੁੰਮ ਰਹੇ ਨੇ ਐਸਪੀਜੀ ਕਿੱਥੇ ਐ ਐਸਪੀਜੀ ਕਿਉਂ ਨਹੀਂ ਰੋਕਦੀ ਜਦੋਂ ਸਤਾ ਹੁੰਦੀ ਔਰ ਵਾਸੇ ਪਾਸੇ ਸਾਰਿਆਂ ਨੂੰ ੱਟਕੇ ਮਾਰ ਦਿੰਦੇ ਹੋ ਤੇ ਹੁਣ ਤੁਹਾਨੂੰ ਸੁਰੱਖਿਆ ਨਜ਼ਰ ਨਹੀਂ ਆਉਂਦੀ ਫਰਜ਼ ਨਾ ਕਰੋ ਖੁਦਰਾਸੇ ਇੱਕ ਪਾਸੇ ਕਤਾਰਪੁਰ ਖੋਲਣ ਦੀ ਗੱਲ ਕੀਤੀ ਜਾਂਦੀ ইমরান ਖਾਨ ਵੱਲੋਂ ਉੱਥੋਂ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਕਿਹਾ ਜਾਂਦਾ ਗੁਰੂ ਨਾਨਕ ਦੇਵ ਦੀ ਯੂਨੀਵਰਸਿਟੀ ਬਣਾਈ ਜਾਏਗੀ ਦੂਜੇ ਪਾਸੇ ਇਹ ਇਹ ਮੰਜ਼ਰ ਬਿਆਨ ਕੀ ਹੈ ਪਾਕਿਸਤਾਨ ਦਾ ਦੁਹਰਾਜ ਰਵਈਆ ਹਰ ਵਾਰ ਕਿਉਂ ਨਜ਼ਰ ਆਂਦਾ ਵੈ ਹਰ ਵਾਰ ਕਿਉਂ ਅਸੀਂ ਆਲੋਚਨਾ ਕਰਦੇ ਆਂ ਨਿੰਦਾ ਕਰਦੇ ਆਂ ਕਦਮ ਕਿਉਂ ਨਹੀਂ ਅਸੀਂ ਜਿਹੜੇ ਨੇ ਉਹ ਤੀਖੇ ਚੱਕਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਯਾਦ ਕਰਦੇ ਹੋਏ ਸਾਡੇ ਸਿੱਖੀ ਸਰੂਪ ਸਾਡੀ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਅਲੱਗ ਗੁਰੂ ਹੋਏ ਨੇ ਉਹਨਾਂ ਦਾ ਰਸਤਾ ਖੁੱਲਣਾ ਕੋਈ ਬੁਰੀ ਗੱਲ ਨਹੀਂ ਅਸੀਂ ਸਹਿਮਤ ਆਂ ਪਰ ਅਗਰ ਰਸਤਾ ਖੁੱਲਣ ਦੇ ਬਹਾਨੇ ਡਬਲ ਪਾਲਿਸੀਆਂ ਚੱਲ ਜਣ ਇਤਨੋਂ ਜਾਣ ਕੋਈ ਗਲਤ ਆਦਮੀ ਵੀ ਚਲੇ ਜਾਣ ਉਧਰੋਂ ਗਲਤ ਬੰਦੇ ਮਿਲ ਜਾਣ ਰੋਜ਼ ਹੀ ਰੋਜ਼ ਸਾਡੀ ਰਿਪੋਰਟ ਜਾਂਦੀ ਆਂਦੀ ਰਹੇ ਤੇ ਫਿਰ ਸਾਡੇ ਨੁਕਸਾਨ ਹੋਣ ਉਹ ਵੀ ਚੀਜ਼ਾਂ ਸੋਚਣ ਦੀ ਲੋੜ ਐ ਬਾਅਦ ਦੇ ਵਿੱਚੋਂ ਬਰਬਾਦੀ ਹੋਵੇ ਉਹਨਾਂ ਚੀਜ਼ਾਂ ਨੂੰ ਸੁਚੇਤ ਕਰਨ ਦੀ ਲੋੜ ਐ ਪਬਲਿਸਿਟੀ ਲੈਣ ਲਈ ਇਤਨੋਂ ਵੀ ਤੇ ਉਤਨੋਂ ਅਸੀਂ ਬੜੇ ਲੱਗੇ ਜੱਫੀਆਂ ਪਾਉਣੇ ਆ Imran Khan ਨਾ ਪਬਲਿਸਿਟੀ ਪਾਓ ਜੱਫੀਆਂ ਓਏ ਜਮਾਨ ਪੰਜੀ ਪੰਜੀ 50 50 ਜਮਾਨ ਸ਼ਹੀਦ ਹੋ ਰਹੇ ਨੇ ਔਰ ਇਹ ਹਿਸਾਬ ਕੌਣ ਦੇਗਾ ਹੁਣ ਕਿਵੇਂ ਹਿਸਾਬ ਕਿਵੇਂ ਹੋਏਗਾ ਕਿਵੇਂ 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 ਬਦਲਾ ਲਿੱਤਾ ਜਾਏਗਾ ਪੂਰਾ ਦੇਸ਼ ਗੁੱਸੇ ਦੇ ਵਿੱਚ ਹੈ ਖੂਨ ਖੋਲ ਰਿਹਾ ਹੈ ਮੈਂ ਹਜੇ ਬਦਲੇ ਦੀ ਗੱਲ ਤਾਂ ਜਿਹੜੀ ਲੈਣੀ ਹੈ ਇਹਨਾਂ ਨੇ ਲੈਣੀ ਮੈਂ ਸਭ ਤੋਂ ਪਹਿਲਾਂ ਕਵਾਂਗਾ ਪਹਿਲੋ ਹਿੰਦੁਸਤਾਨ ਦੇ ਵਿੱਚ ਐਡਾ ਵੱਡਾ ਜਿਹੜਾ ਹਾਸਾ ਹੋਇਆ ਇਹਦੀ ਸੁਰੱਖਿਆ ਦੀ ਕਮੀ ਕੀ ਸੀ ਇਹ ਮੁੱਦੇ ਤੋਂ ਪਟਕਣਾ ਨਹੀਂ ਚਾਹੀਦਾ ਸੁਰੱਖਿਆ ਵਿਵਸਥਾ ਦੀ ਕਮੀ ਹਿੰਦੁਸਤਾਨ 'ਚ ਹੈ ਅਸੀਂ ਜਵਾਨਾਂ ਨੂੰ ਭੇਡਾਂ ਬੱਕਰੀਆਂ ਸਮਝ ਲਿਆ ਸਾਡੀ ਹਿਫਾਜ਼ਤ ਕਰਨ ਵਾਲੇ ਅਸੀਂ ਖੁੱਲੇ ਛੱਡ ਦਿੱਤੇ ਉਹ ਗਏ ਸਾਡੀਆਂ ਗਲਤੀਆਂ ਨਾਲ ਗਏ ਉਹਨਾਂ ਨੇ ਪਾਕਿਸਤਾਨ ਦੀ ਕੀ ਮੱਸੀ ਸਾਡੇ ਜਵਾਨ ਜਵਾਨਾਂ ਦੇ ਉੱਤੇ ਗੋੜੀਆਂ ਚਲਾ ਰਹੇ ਨੇ ਇੰਨੀਆਂ ਬੰਦੂਕਾਂ ਸਾਡੇ ਜਵਾਨਾਂ ਕੋਲ ਕੋਈ ਨਾ ਕੋਈ ਸਾਡੀ ਸੁਰੱਖਿਆ ਦੀ ਕਮਜ਼ੋਰੀ ਹੈ ਅਸੀਂ ਮੁੱਦਿਆਂ ਤੋਂ ਪਟਕ ਜਾਂਦੇ ਆ ਬੁਰਾ ਨਾ ਮਨਾਣਾ ਅਸੀਂ ਮੁੱਦਿਆਂ ਤੋਂ ਪਟਕੇ ਪਾਕਿਸਤਾਨ ਨੂੰ ਤੁਰ ਜਾਂਦੇ ਆ ਸਿੱਧੂਵਾਲ ਨੂੰ ਤੁਰ ਪੰਨੇ ਆ ਸਾਨੂੰ ਤੁਰਨ ਦੀ ਐਸੋਲੇ ਇਸ ਹੱਥੇ ਨੂੰ ਲੈ ਕੇ ਆ ਵੀ ਸੁਰੱਖਿਆ ਵਿਵਸਥਾ ਦੀ ਕੀ ਕਮੀ ਸੀ ਕਿਹੜੇ ਕਿਹੜੇ ਫੋਰਸਸ ਦੇ ਲੋਕ ਕਿਹੜੇ ਕਿਹੜੇ ਉੱਥੋਂ ਦੇ ਅਫੀਸਰ ਪੁਲਿਸ ਦੇ ਅਫੀਸਰ ਜ਼ਿੰਮੇਦਾਰ ਥਣ ਜਿਨ੍ਹਾਂ ਨੇ ਸੁਰੱਖਿਆ ਦਾ ਇੰਤਜ਼ਾਮ ਪੂਰਾ ਨਹੀਂ ਕੀਤਾ ਜਾਂ ਉਹਨਾਂ ਸੀਆਰਪੀ ਦੇ ਅਧਿਕਾਰੀ ਜਿਨ੍ਹਾਂ ਨੇ ਇਹ ਚੀਜ਼ ਨੂੰ ਸੋਚਿਆ ਨਹੀਂ ਵੀ ਐਡਾ ਵੱਡਾ ਕਾਫਲਾ ਜਾ ਰਿਹਾ ਰਸਤੇ 'ਚ ਬਲਾਸਟ ਹੋ ਸਕਦਾ ਇਹ ਮੈਂ ਸਮਝਦਾ ਬਹੁਤ ਵੱਡੀ ਨਲਾਕੀ ਸੁਰੱਖਿਆ ਦੀ ਹੋਈ ਹੈ ਸਾਨੂੰ ਸਭ ਤੋਂ ਇਸ ਵੇਲੇ ਪਹਿਲਾਂ ਆ ਮੁੱਦਾ ਉਠਾਉਣਾ ਚਾਹੀਦਾ ਸੁਰੱਖਿਆ 'ਚ ਕਮੀ ਜਿਹੜੀ ਆ ਉਹ ਬਿੱਟਾ ਸਾਹਿਬ ਵੱਲੋਂ ਦੱਸੀ ਜਾ ਰਹੀ ਔਰ ਸਾਫ ਤੌਰ ਤੇ ਕਹਿਆ ਜਾ ਰਿਹਾ ਹੈ ਨਰਜੋਤ ਸਿੰਘ ਸਿੱਧੂ ਨੇ ਜਿਸ ਤਰੀਕੇ ਨਾਲ ਜੋ ਬਿਆਨ ਦਿੱਤਾ ਵਾ ਉਸੇ ਖਰੀਆਂ ਖਰੀਆਂ ਬਿੱਟਾ ਸਾਹਿਬ ਨੇ ਵੀ ਸੁਣਾਈਆਂ ਉਹ ਸਾਫ ਕੀਤਾ ਹੈ ਕਿ ਪੂਰਾ ਦੇਸ਼ ਇਸ ਵੇਲੇ ਫੌਜ ਦੇ ਨਾਲ ਖੜਾ ਹੈ ਆਪਣੀ ਪੈਰਾ ਮਿਲਟਰੀ ਫੋਰਸਿਸ ਦੇ ਨਾਲ ਖੜਾ ਹੈ ਔਰ ਜਵਾਬ ਦਿੱਤਾ ਜਾਏਗਾ ਸਖਤ ਜਵਾਬ ਜਿਹੜਾ ਵਾ ਉਹ ਪਾਕਿਸਤਾਨ ਨੂੰ ਦਿੱਤਾ ਜਾਵੇਗਾ ਕੈਮਰਾਮੈਨ ਅੰਮੂ ਪਾਠਕ ਦੇ ਨਾਲ ਪੰਕਜ ਕੁਪਾਹੀ ਨਿਊਜ਼ 18 ਦਿੱਲੂ